ਜਦੋਂ ਦਵਿੰਦਰ ਸਿੱਧੂ ਤੋਂ ਫਿਰ ਉਹ ਦਵਿੰਦਰ ਬੰਬੀਹਾ ਬਣਦਾ, ਜੇਲ੍ਹ ਦੇ ਵਿੱਚੋਂ ਭੱਜਦਾ, ਫੜਿਆ ਜਾਂਦਾ, ਫਿਰ ਭੱਜਦਾ, ਜਿਨ੍ਹਾਂ ਨੇ ਰਣਜੀਤ ਸੇਵਾਲੀਆ ਦਾ ਕਤਲ ਕੀਤਾ ਹੁੰਦਾ ਗਾ ਉਹਨਾਂ ਬੰਦਿਆਂ ਨੂੰ ਮਾਰਦਾ, ਤੇ ਹੋਰ ਵੀ ਕਈ ਕਤਲਾਂ ਦੇ ਵਿੱਚ ਦਵਿੰਦਰ ਦਾ ਨਾਮ ਆਇਆ ਜੋ ਉਹਨੇ ਆਪਦੇ ਹੱਥਾਂ ਨਾਲ ਕੀਤੇ, ਜਾਣੀ ਕਿ ਦਵਿੰਦਰ ਸਿੱਧੂ ਤੋਂ ਦਵਿੰਦਰ ਬੰਬੀਹਾ ਬਣ ਕੇ। ਕਈ ਲੋਕਾਂ ਦੇ ਮਸਲੇ ਜਾਂ ਕੰਮ ਉਹਨੇ ਉਹ ਲੋਕਾਂ ਦੇ ਕੀਤੇ ਜਿਨ੍ਹਾਂ ਲੋਕਾਂ ਨੇ ਉਹਨੂੰ ਜੇਲ੍ਹ ਦੇ ਵਿੱਚ ਚਾਹ ਦਾ ਪਿਆਲਾ ਵੀ ਦਿੱਤਾ ਸੀਗਾ। ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਜੇ ਤੈਨੂੰ ਲੱਗਦਾ ਤਾਂ, ਬਾਕੀ ਮੈਂ ਤੇਰਾ ਉਹਨਾਂ ਨਾਲ ਰਾਜ਼ੀਨਾਮਾ ਨਹੀਂ ਕਰਾਉਂਦਾ, ਦੇਖ ਤੇਰਾ ਜੋ ਦਿਲ ਕਰਦਾ ਤੂੰ ਉਹਨਾਂ ਨਾਲ ਰੱਖ, ਤੂੰ ਮੇਰੇ ਕਿਸੇ ਉਹੋ ਜਿਹੇ ਬੰਦੇ ਨਾਲ ਰੱਖਦਾ, ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਦੇਖ ਨਾ ਤੈਨੂੰ ਮੈਂ ਦਿਲੋਂ ਭਰਾ ਮੰਨਦਾ, ਕਿਉਂਕਿ ਮੈਂ ਆਪਦੇ ਯਾਰਾਂ ਦੋਸਤਾਂ ਭਰਾਵਾਂ ਲਈ ਕੀਤਾ ਹੀ ਹੋਊਗਾ, ਤੈਨੂੰ ਪਤਾ ਕਿਸੇ ਤੋਂ ਕਰਾਇਆ ਨਹੀਂ, ਤੇ ਤੂੰ ਪਹਿਲਾ ਭਰਾ ਮੇਰਾ ਵੀ ਜਿਹਨੇ ਮੇਰੇ ਲਈ ਪਹਿਲੀ ਵਾਰ ਸਭ ਤੋਂ ਇਹੋ ਜਿਹਾ ਕੰਮ ਕੀਤਾ ਸੀ। ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ। ਪਿਛਲੇ ਦਿਨਾਂ ਦੇ ਵਿੱਚ ਅਸੀਂ ਰਣਜੀਤ ਸੇਵਾਲਾ ਦੀ ਜ਼ਿੰਦਗੀ ਦੇ ਆਧਾਰਿਤ ਦੋ ਪਾਰਟ ਪਾਏ, ਉਹ ਤੁਸੀਂ ਵੀਡੀਓ ਪੂਰੀ ਦੇਖੀ ਆ। ਉਸ ਦੇ ਰਿਲੇਟਡ ਹੋਰ ਪਾਰਟ ਆਉਣੇ ਆ ਜਿਨ੍ਹਾਂ ਦੇ ਵਿੱਚ ਕਈ ਕਰੈਕਟਰ ਆਉਣਗੇ, ਜਿਵੇਂ ਥੰਬਨੇਲ ਤੋਂ ਤੁਸੀਂ ਅੰਦਾਜ਼ਾ ਲਾਇਆ ਹੋਣਾ ਕਿ ਮੈਂ ਕੁਝ ਦਿਨ ਪਹਿਲਾਂ ਪਾਇਆ ਸੀਗਾ ਵੀ ਰਣਜੀਤ ਸੇਵਾਲਾ ਗਰੁੱਪ ਦੇ ਵਿੱਚ ਦਵਿੰਦਰ ਬੰਬੀਹਾ ਦੀ ਐਂਟਰੀ। ਅੱਜ ਦੀ ਵੀਡੀਓ ਪਾਉਣ ਦਾ ਮਕਸਦ ਆ ਤੁਹਾਨੂੰ ਇੱਕ ਚੰਗਾ ਸੁਨੇਹਾ ਦੇਣਾ, ਕਿਉਂਕਿ ਜਿਹੜਾ ਅਗਲਾ ਪਾਰਟ ਆ ਉਹ ਆਪਾਂ ਥੋੜ੍ਹਾ ਲੰਮਾ ਪਾਵਾਂਗੇ, ਉਸ ਦੇ ਵਿੱਚ ਜਾਣਕਾਰੀ ਆਧਾਰਿਤ ਸਾਰੀਆਂ ਗੱਲਾਂ ਰੱਖਾਂਗੇ। ਕਹਾਣੀ ਥੋੜ੍ਹੇ ਦਿਨ ਲੇਟ ਜ਼ਰੂਰ ਹੁੰਦੀ ਆ ਪਰ ਪੁਖਤਾ ਸੋਰਸਾਂ ਦੁਆਰਾ ਪਾਈ ਜਾਂਦੀ। ਉਵੇਂ ਹੀ ਅੱਜ ਤੁਹਾਨੂੰ ਇੱਕ ਨਿੱਕੀ ਜਿਹੀ ਕਹਾਣੀ ਹੋਰ ਸੁਣਾਉਣੀ ਆ, ਕਿਉਂਕਿ ਦਵਿੰਦਰ ਬੰਬੀਹੇ ਨੂੰ ਬਹੁਤ ਲੋਕ ਜਾਣਦੇ ਆ, ਪਰ ਦਵਿੰਦਰ ਬੰਬੀਹੇ ਤੋਂ ਪਹਿਲਾਂ ਜੋ ਦਵਿੰਦਰ ਸਿੰਘ ਸਿੱਧੂ ਸੀ ਉਸ ਨੂੰ ਬਹੁਤ ਘੱਟ ਲੋਕ ਜਾਣਦੇ ਆ। ਜਿਵੇਂ ਮੈਂ ਅੱਜ ਦਾ ਥੰਬਨੇਲ ਪਾਇਆ ਗਾ ਵੀ ਜ਼ਿੰਦਗੀ ਦੀ ਪਹਿਲੀ FIR ਨੇ ਦਵਿੰਦਰ ਸਿੰਘ ਸਿੱਧੂ ਨੂੰ ਦਵਿੰਦਰ ਬੰਬੀਹੇ ਚ ਕਿਵੇਂ ਕੀਤਾ ਤਬਦੀਲ। ਬੜੀ ਛੋਟੀ ਜਿਹੀ ਕਹਾਣੀ ਆ ਵੀ ਕੁਝ ਮਿੰਟਾਂ ਦੇ ਵਿੱਚ ਹੀ ਬੰਦੇ ਦੀ ਪੂਰੀ ਜ਼ਿੰਦਗੀ ਬਦਲ ਗਈ। ਪਹਿਲਾਂ ਮੈਂ ਦਵਿੰਦਰ ਸਿੱਧੂ ਦੇ ਪਿਛੋਕੜ ਬਾਰੇ ਦੱਸਾਂ। ਦਵਿੰਦਰ ਸਿੱਧੂ ਦੇ ਫਾਦਰ ਦੀ ਬਚਪਨ ਦੇ ਵਿੱਚ ਹੀ ਡੈਥ ਹੋ ਜਾਂਦੀ ਹੈ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਦਵਿੰਦਰ ਸਿੱਧੂ ਦੇ ਸਿਰ ਤੇ ਪੈ ਜਾਂਦੀ ਆ। ਦੋ ਭੈਣਾਂ ਦਾ ਇਕੱਲਾ ਭਰਾ ਸੀ, ਘਰ ਦੇ ਕੰਮ ਕਾਰ ਕਰਦਾ ਸੀਗਾ, ਨਾਲ ਨਾਲ ਆਪਦੀ ਪੜ੍ਹਾਈ ਕਰਦਾ ਸੀ। ਹੁਣ ਦਵਿੰਦਰ ਕੋਲ ਦਵਿੰਦਰ ਦਾ ਦੋਸਤ ਆਉਂਦਾ ਗਾ ਅਮਰੀਕ ਸਿੰਘ, ਤੇ ਅਮਰੀਕ ਦਾ ਹੀ ਦੋਸਤ ਹੁੰਦਾ ਹਰਪ੍ਰੀਤ ਸਿੰਘ ਰਾਜਾ ਜਿਉਣ ਵਾਲਾ, ਜਿਸ ਦੇ ਕਤਲ ਦਾ ਇਲਜ਼ਾਮ ਦਵਿੰਦਰ ਦੇ ਉੱਪਰ ਆਇਆ ਸੀਗਾ। ਅਮਰੀਕ ਤੇ ਰਾਜੇ ਦਾ ਆਪਸ ਦੇ ਵਿੱਚ ਡਿਸਪਿਊਟ ਚੱਲ ਰਿਹਾ ਹੁੰਦਾ, ਡਿਸਪਿਊਟ ਹੁੰਦਾ ਕਿਸੇ ਕੁੜੀ ਨੂੰ ਲੈ ਕੇ, ਤੇ ਕਈ ਦਿਨਾਂ ਦੇ ਚੱਲਦੇ ਹੋਏ ਡਿਸਪਿਊਟ ਦੇ ਵਿੱਚੋਂ ਇਹ ਦੋਨੇ ਇੱਕ ਜਗ੍ਹਾ ਸਿਲੈਕਟ ਕਰਦੇ ਆ ਵੀ ਚੱਲ ਆਪਾਂ ਉੱਥੇ ਆ ਕੇ ਆਪਾਂ ਸਾਰੀਆਂ ਗੱਲਾਂ ਕਲੀਅਰ ਕਰਦੇ ਹਾਂ। ਅਮਰੀਕ ਦਵਿੰਦਰ ਕੋਲ ਆਉਂਦਾ, ਕਹਿੰਦਾ ਵੀ ਦਵਿੰਦਰ ਆਪਾਂ ਚੱਲ ਕੇ ਆਉਣਾ ਗਾ, ਉੱਥੇ ਰਾਜੇ ਹੁਣੀ ਖੜੇ ਆ, ਆਪਾਂ ਗੱਲਾਂ ਬਾਤਾਂ ਕਲੀਅਰ ਕਰਨੀਆਂ ਨੇਗੀਆਂ, ਮੈਂ ਸਕੂਟਰ ਲੈ ਕੇ ਆਉਣਾ। ਦਵਿੰਦਰ ਨੂੰ ਇਹ ਪਤਾ ਨਹੀਂ ਸੀ ਅੱਗੇ ਜਾ ਕੇ ਹੋਣਾ ਕੀ ਹੈਗਾ। ਦਵਿੰਦਰ ਕਹਿੰਦਾ ਆਪਾਂ ਮੇਰੇ ਵਾਲੇ ਮੋਟਰਸਾਈਕਲ ਤੇ ਚੱਲਦੇ ਹਾਂ। ਉਹ ਦਿਨਾਂ ਦੇ ਵਿੱਚ ਦਵਿੰਦਰ ਕੋਲ ਅਪਾਚੀ ਮੋਟਰਸਾਈਕਲ ਸੀ, ਦੋਨੇ ਜਾਣੇ ਜਾਂਦੇ ਆ, ਅੱਗੇ ਰਾਜੇ ਹੁਣੀ ਖੜੇ ਹੁੰਦੇ ਆ ਜਿੱਥੇ ਜਗ੍ਹਾ ਇਹਨਾਂ ਨੇ ਤੈਅ ਕੀਤੀ ਹੁੰਦੀ ਆ, ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ, ਗੱਲਾਂ ਬਹਿਸ ਦੇ ਵਿੱਚ ਤਬਦੀਲ ਹੋ ਜਾਂਦੀਆਂ ਨੇਗੀਆਂ। ਜਦੋਂ ਬਹਿਸ ਦੇ ਵਿੱਚ ਤਬਦੀਲ ਹੋ ਜਾਂਦੀਆਂ ਨੇ, ਅਮਰੀਕ ਆਪਦੇ ਨਾਲ ਪਿਸਤੌਲ ਕੈਰੀ ਕਰਕੇ ਲੈ ਜਾਂਦਾ ਹੈਗਾ ਆਪਦੇ ਪਿਤਾ ਵਾਲਾ, ਇਹ ਗੱਲ ਦਾ ਦਵਿੰਦਰ ਨੂੰ ਨਹੀਂ ਪਤਾ ਹੁੰਦਾ, ਉਹ ਪਿਸਤੌਲ ਕੱਢ ਕੇ ਅਮਰੀਕ ਰਾਜੇ ਦੇ ਉੱਤੇ ਗੋਲੀ ਮਾਰਦਾ, ਹਰਪ੍ਰੀਤ ਰਾਜੇ ਜਿਉਣ ਵਾਲੇ ਦੇ, ਕਿਉਂਕਿ ਹਰਪ੍ਰੀਤ ਰਾਜੇ ਜਿਉਣ ਵਾਲੇ ਦਾ ਵੀ ਸਰਕਲ ਚੰਗਾ ਸੀ ਉਸ ਸਮੇਂ। ਹਰਪ੍ਰੀਤ ਰਾਜੇ ਜਿਉਣ ਵਾਲੇ ਦਾ ਵੀ ਨਾਂ ਉਹਨਾਂ ਬੰਦਿਆਂ ਚੋਂ ਆਉਂਦਾ ਸੀ ਜੋ ਬੰਦੇ ਬਾਏ ਨੇਮ ਜਾਣੇ ਜਾਂਦੇ ਹੈਗੇ, ਪਤਾ ਇਹ ਲੱਗਣ ਤੇ ਆਇਆ ਗਾ ਬਾਅਦ ਦੇ ਵਿੱਚ ਵੀ ਅਮਰੀਕ ਉਸ ਦਿਨ ਪਿਸਤੌਲ ਤਾਂ ਲੈ ਕੇ ਗਿਆ ਵੀ ਰਾਜੇ ਕੋਲ ਵੀ ਪਿਸਤੌਲ ਸੀਗਾ, ਪਰ ਉੱਥੇ ਜਦੋਂ ਗੋਲੀ ਚੱਲਦੀ ਹੈਗੀ, ਰਾਜੇ ਦੇ ਗੋਲੀ ਲੱਗਦੀ ਹੈਗੀ, ਦਵਿੰਦਰ ਉੱਥੋਂ ਇਕੱਲਾ ਹੀ ਨਿਕਲ ਜਾਂਦਾ ਗਾ। ਇੱਕ ਦਿਨ ਦਵਿੰਦਰ ਖੇਤ ਦੇ ਵਿੱਚ ਆਪਦਾ ਕੱਢਦਾ ਗਾ ਵੀ ਖੇਤ ਦੇ ਵਿੱਚ ਦਵਿੰਦਰ ਆਪਦਾ ਸਮਾਂ ਬਤੀਤ ਕਰਦਾ ਵੀ ਆਹ ਹੋ ਕੀ ਗਿਆ, ਬਾਅਦ ਆਪਦੇ ਮਾਮੇ ਨਾਲ ਸੰਪਰਕ ਕਰਦਾ ਪਿੰਡ ਤਲਵੰਡੀ ਭੰਗੇਰੀਆਂ ਦਵਿੰਦਰ ਦੇ ਨਾਨਕੇ ਆ। ਹੁਣ ਇਹਨਾਂ ਦਾ ਪਰਿਵਾਰ ਬੜਾ ਸਿੰਪਲ ਹੁੰਦਾ, ਸੋਬਰ ਹੁੰਦਾ ਗਾ,
ਦਵਿੰਦਰ ਦੀ ਮਾਤਾ, ਦਵਿੰਦਰ ਦਾ ਮਾਮਾ ਇਹ ਦਵਿੰਦਰ ਨੂੰ ਪੇਸ਼ ਕਰਾ ਦਿੰਦੇ ਆ, ਅਮਰੀਕ ਪੇਸ਼ ਨਹੀਂ ਹੁੰਦਾ। ਦਵਿੰਦਰ ਦੇ ਪਰਿਵਾਰ ਵੱਲੋਂ ਲੱਖਾਂ ਰੁਪਈਏ ਪੁਲਿਸ ਦੇ ਕਈ ਅਫਸਰਾਂ ਨੂੰ ਪੇਸ਼ਗੀ ਦੇ ਰੂਪ ਚ ਦਿੱਤੇ ਗਏ ਵੀ ਇਨਕੁਆਇਰੀ ਦੇ ਵਿੱਚੋਂ ਦਵਿੰਦਰ ਦਾ ਨਾਮ ਨਿਕਲ ਜਾਵੇ, ਕਿਉਂਕਿ ਦਵਿੰਦਰ ਆ ਇਕਲੌਤਾ ਪੁੱਤ ਸੀ ਆਪਦੇ ਘਰਦਿਆਂ ਦਾ, ਅੱਗੇ ਜਾ ਕੇ ਪਰਿਵਾਰ ਦਾ ਸਾਰਾ ਕੁਛ ਉਸਨੇ ਹੀ ਕਰਨਾ ਸੀਗਾ। ਪਰ ਨਾ ਚਾਹੁੰਦੇ ਹੋਏ ਵੀ ਦਵਿੰਦਰ ਦਾ ਨਾਂ ਨਿਕਲਿਆ ਨਹੀਂ ਕੇਸ ਦੇ ਵਿੱਚੋਂ, ਸਾਰਾ ਕੁਛ ਦਵਿੰਦਰ 'ਤੇ ਹੀ ਆ ਗਿਆ। ਹਾਲਾਂਕਿ ਦਵਿੰਦਰ ਨੂੰ ਇਸ ਗੱਲ ਦਾ ਰਸਤਾ ਵੀ ਪਤਾ ਨਹੀਂ ਹੁੰਦਾ ਵੀ ਅਮਰੀਕ ਕੋਲੇ ਪਿਸਤੌਲ ਆ ਜਾਂ ਅੱਗੇ ਜਾ ਕੇ ਕੀ ਗੱਲ ਬਣਨੀ ਆ। ਪੈਸੇ ਵੀ ਦਵਿੰਦਰ ਕੇ ਖਰਾਬ ਹੋ ਜਾਂਦੇ ਆਗੇ, ਤੇ ਉਸ ਤੋਂ ਬਾਅਦ ਦਵਿੰਦਰ ਦਾ ਮਨੋਬਲ ਜਦੋਂ ਜਮਾਂ ਹੀ ਟੁੱਟ ਜਾਂਦਾ ਗਾ, ਦਵਿੰਦਰ ਆਪਦੇ ਘਰਦਿਆਂ ਨੂੰ ਬੁਲਾ ਕੇ ਇਹ ਗੱਲ ਕਹਿ ਦਿੰਦਾ ਵੀ ਅੱਜ ਤੋਂ ਬਾਅਦ ਤੁਸੀਂ ਕਿਸੇ ਅਫਸਰ ਨੂੰ ਕੋਈ ਰੁਪਈਆ ਨਹੀਂ ਦੇਣਾ, ਕਿਸੇ ਨਾਲ ਮੇਰੇ ਕੇਸ ਬਾਰੇ ਕੋਈ ਗੱਲ ਨਹੀਂ ਕਰਨੀ, ਤੇ ਅੱਜ ਤੋਂ ਬਾਅਦ ਮੇਰੀ ਤੁਸੀਂ ਮੁਲਾਕਾਤ ਲਾਉਣ ਨਹੀਂ ਆਉਣੀ। ਕਿਉਂਕਿ ਦਵਿੰਦਰ ਨੂੰ ਵੀ ਪਤਾ ਸੀਗਾ ਵੀ ਸਿਰ ਤੇ ਪਿਓ ਹੈ ਨਹੀਂ, ਕੋਈ ਭਰਾ ਹੈ ਨਹੀਂ, ਵੀ ਪਿੱਛੇ ਬੁੜੀਆਂ ਨੇ ਕਿੱਥੇ ਕਿੱਥੇ ਤੁਰੀਆਂ ਫਿਰਨਗੀਆਂ। ਉਹ ਦਿਨਾਂ ਦੇ ਵਿੱਚ ਦਵਿੰਦਰ ਨੇ ਜੇਲ੍ਹ ਦੇ ਵਿੱਚ ਹਰ ਵਸਤ ਜੋ ਜੇਲ੍ਹ ਦੇ ਵਿੱਚ ਜ਼ਰੂਰੀ ਹੁੰਦੀ ਆ ਉਹ ਆਪਣੇ ਦੋਸਤਾਂ ਦੀ ਵਰਤੀ। ਜਦੋਂ ਦਵਿੰਦਰ ਸਿੱਧੂ ਤੋਂ ਫਿਰ ਉਹ ਦਵਿੰਦਰ ਬੰਬੀਹਾ ਬਣਦਾ, ਜੇਲ੍ਹ ਦੇ ਵਿੱਚੋਂ ਭੱਜਦਾ, ਫੜਿਆ ਜਾਂਦਾ, ਫਿਰ ਭੱਜਦਾ, ਜਿਨ੍ਹਾਂ ਨੇ ਰਣਜੀਤ ਸੇਵਾਲੀਆ ਦਾ ਕਤਲ ਕੀਤਾ ਹੁੰਦਾ ਗਾ ਉਹਨਾਂ ਬੰਦਿਆਂ ਨੂੰ ਮਾਰਦਾ, ਤੇ ਹੋਰ ਵੀ ਕਈ ਕਤਲਾਂ ਦੇ ਵਿੱਚ ਦਵਿੰਦਰ ਦਾ ਨਾਮ ਆਇਆ ਜੋ ਉਹਨੇ ਆਪਦੇ ਹੱਥਾਂ ਨਾਲ ਕੀਤੇ, ਜਾਣੀ ਕਿ ਦਵਿੰਦਰ ਸਿੱਧੂ ਤੋਂ ਦਵਿੰਦਰ ਬੰਬੀਹਾ ਬਣ ਕੇ। ਕਈ ਲੋਕਾਂ ਦੇ ਮਸਲੇ ਜਾਂ ਕੰਮ ਉਹਨੇ ਉਹ ਲੋਕਾਂ ਦੇ ਕੀਤੇ ਜਿਨ੍ਹਾਂ ਲੋਕਾਂ ਨੇ ਉਹਨੂੰ ਜੇਲ੍ਹ ਦੇ ਵਿੱਚ ਚਾਹ ਦਾ ਪਿਆਲਾ ਵੀ ਦਿੱਤਾ ਸੀਗਾ, ਵੀ ਉਸ ਤੋਂ ਬਾਅਦ ਉਹਨੇ ਜ਼ਿੰਦਗੀ ਦੀ ਲੀਹ ਐਸੀ ਖਿੱਚ ਲਈ ਸੀ ਵੀ ਮੈਂ ਜੇ ਭੱਜਿਆ ਮੈਂ ਪੁਲਿਸ ਦੇ ਹੱਥ ਨਹੀਂ ਆਉਣਾ, ਕਿਉਂਕਿ ਕਾਨੂੰਨ ਤੋਂ ਪੁਲਿਸ ਤੋਂ ਉਹਦਾ ਵਿਸ਼ਵਾਸ ਤੇ ਮਨੋਬਲ ਟੁੱਟ ਗਿਆ ਸੀਗਾ। ਤੇ ਉਹਨੇ ਸਾਰੀ ਜ਼ਿੰਦਗੀ ਹੋਈ ਜਿਹੜੇ ਜਿਹੜੇ ਬੰਦੇ ਉਹਦੇ ਨਾਲ ਜੇਲ੍ਹ ਦੇ ਵਿੱਚ ਜਾਂ ਉਹਦਾ ਸਮਾਂ ਲੰਘਾਇਆ ਜਾਂ ਉਹਨੂੰ ਹੱਸ ਕੇ ਬੁਲਾਇਆ ਉਹਨੇ ਉਹਨਾਂ ਦੇ ਨਾਮ ਲਾ ਦੀ। ਆਉਣ ਵਾਲੇ ਦਿਨਾਂ ਦੇ ਵਿੱਚ ਜੋ ਐਪੀਸੋਡ ਆਊਗਾ ਉਸ ਦੇ ਵਿੱਚ ਮੈਂ ਬਹੁਤ ਗੱਲਾਂ ਦੱਸਣੀਆਂ ਨੇ ਜੋ ਨਹੀਂ ਅੱਜ ਤੱਕ ਸਾਹਮਣੇ ਆਈਆਂ, ਕਿਉਂਕਿ ਇਹ ਗੱਲਾਂ ਮੈਂ ਗਰਾਊਂਡ ਲੈਵਲ ਤੇ ਜਾ ਕੇ ਉਹਨਾਂ ਸੋਰਸਾਂ ਤੋਂ ਪਤਾ ਕੀਤੇ ਆ ਜੋ ਫਰਾਰੀ ਦੇ ਸਮੇਂ ਦਵਿੰਦਰ ਆਪਣੀਆਂ ਰਿਸ਼ਤੇਦਾਰੀਆਂ 'ਚ ਚਲਿਆ ਜਾਂਦਾ ਸੀਗਾ। ਮੈਂ ਦਵਿੰਦਰ ਦੀ ਮਾਤਾ ਜੀ ਨਾਲ ਵੀ ਇੰਟਰਵਿਊ ਕਰੂੰਗਾ, ਉਹ ਲੈ ਕੇ ਆਊਂਗਾ, ਤੁਹਾਡੇ ਸਾਹਮਣੇ ਰੱਖੂੰਗਾ, ਕਿਉਂਕਿ ਮੇਨ ਕਾਰਨ ਇਹ ਹੁੰਦਾ ਵੀ ਇਸ ਲਾਈਨ ਦੇ ਵਿੱਚ ਇੱਕ ਝੂਠੀ ਚਮਕ ਦਮਕ ਆ ਜੋ ਇਸ ਦੇ ਪਿੱਛੇ ਕਾਲਾ ਸੱਚ ਆ, ਘਰਾਂ ਦੀ ਬਰਬਾਦੀ ਉਹਨੂੰ ਲੋਕ ਨਹੀਂ ਦਿਖਾਉਂਦੇ। ਕਹਾਣੀ ਸੁਣਾਉਣ ਦਾ ਮਤਲਬ ਇਹ ਹੁੰਦਾ ਗਾ ਵੀ ਜੇ ਕੋਈ ਇੱਧਰ ਨੂੰ ਮੁੜਨ ਦੀ ਸੋਚ ਰਿਹਾ ਉਸਨੂੰ ਇੱਕ ਪਹਿਲਾਂ ਹੀ ਚੰਗਾ ਸੁਨੇਹਾ ਦੇ ਕੇ ਪ੍ਰਪੇਅਰ ਕਰੀਏ ਵੀ ਕਿਸੇ ਲਾਲਚ ਜਾਂ ਫੋਕੀ ਮੈਂ ਦੇ ਭੁੱਖ ਵੱਲ ਨੂੰ ਇੱਧਰ ਨੂੰ ਮੁੜਨ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਪਰਿਵਾਰ ਇਕੱਲਾ ਬੰਦਾ ਨਹੀਂ ਜਾਂਦਾ, ਪੂਰੇ ਦਾ ਪੂਰਾ ਪਰਿਵਾਰ ਉਸ ਬੰਦੇ ਨਾਲ ਚੱਲਿਆ ਜਾਂਦਾ ਹੈਗਾ ਜਦੋਂ ਇਹ ਲਾਈਨ ਦੇ ਵਿੱਚ ਬੰਦਾ ਪੈ ਜੇ। ਇੱਦਾਂ ਹੀ ਦਵਿੰਦਰ ਨਾਲ ਹੋਇਆ, ਅੰਤ ਨੂੰ ਉਹਦਾ ਐਨਕਾਊਂਟਰ ਹੋਇਆ। ਸੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ, ਲਾਈਕ ਕਮੈਂਟ ਕਰਿਓ। ਤਦ ਤੱਕ ਲਈ ਧੰਨਵਾਦ। ਥੋੜ੍ਹੇ ਦਿਨਾਂ ਦੇ ਵਿੱਚ ਆਪਾਂ ਵੱਡਾ ਪਾਰਟ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ, ਘੱਟੋ ਘੱਟ 20-25 ਮਿੰਟ ਦਾ, ਅਤੇ ਪੁਖਤਾ ਜਾਣਕਾਰੀ ਅਨੁਸਾਰ। ਇਹ ਨਹੀਂ ਵੀ ਵੈਸੇ ਹੀ ਗੱਲ ਸੁਣੀ ਸੁਣਾਈ ਕਿਸੇ ਤੋਂ ਚੱਕ ਕੇ ਬੋਲਤੀ। ਤਦ ਤੱਕ ਲਈ ਧੰਨਵਾਦ।